ਤੇ ਗਾਈਜ਼ ਯਾਰ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ? ਮੈਂ ਹੋਪ ਕਰਦਾ ਤੇ ਸਾਰੇ ਆਪਣੇ ਆਪਣੇ ਘਰਾਂ 'ਚ ਵਧੀਆ ਹੋਵੋਗੇ। ਤੁਹਾਡਾ ਸਵਾਗਤ ਹੈ ਦੁਬਾਰਾ ਤੋਂ ਆਪਣੇ ਸੇਮ ਐਪੀਸੋਡ 'ਚ। ਟਾਈਮ ਹੋ ਚੁੱਕਿਆ ਹੈ 8:10, 34 ਮਿੰਟ, ਅਤੇ ਯਾਰ ਬਸ ਹੁਣ ਫਟਾਫਟ ਆਪਾਂ ਨਿਕਲਣ ਲੱਗੇ ਆ ਸ਼ਹੀਦਾਂ ਦੇ ਗੁਰਦੁਆਰੇ ਜਾਣਾ, ਕਿਉਂਕਿ ਕੱਲ੍ਹ ਰਾਤੀ ਜ਼ਿਆਦਾ ਲੇਟ ਹੋ ਗਏ ਸੀਗੇ, ਸੋ ਤਾਂ ਕਰਕੇ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਲੱਗ ਗਿਆ ਸਾਨੂੰ। ਬਟ ਬਸ ਹੁਣ ਨਿਕਲਣ ਲੱਗੇ ਹਾਂ ਅਸੀਂ, ਅਤੇ ਰੂਮ ਚੈੱਕਆਊਟ ਕਰਨ ਲੱਗੇ ਹਾਂ ਹੁਣ, ਹੋਟਲ ਚੈੱਕਆਊਟ। ਅਤੇ ਰੂਮ ਤਾਂ ਯਾਰ ਇੰਨੇ ਜ਼ਬਰਦਸਤ ਮਿਲਦੇ ਨੇ ਇੱਥੇ ਸਰਾਂ 'ਚ, ਇੰਨੇ ਵਧੀਆ ਬੈੱਡ ਨਜ਼ਾਰੇ। ਅਤੇ ਦੇਖੋ ਉਹ ਵੀ ਆ ਗਏ ਭਰਾ, ਹੁਣ ਆ ਗਏ ਆਪਣੇ ਸਾਰੇ। ਬਸ ਯਾਰ ਹੁਣ ਅਸੀਂ ਨਿਕਲਣਾ ਇੱਥੋਂ, ਬਸ ਤਿਆਰ ਤਿਆਰ ਹੁੰਦੇ ਪਏ ਹਾਂ। ਅਤੇ ਬਹੁਤ ਨਜ਼ਾਰੇ ਲੁੱਟੇ ਯਾਰ ਅਸੀਂ ਹੁਣੇ ਹੁਣੇ ਥੋੜ੍ਹੀ ਦੇਰ ਪਹਿਲੇ। ਗਾਈਜ਼ ਆ ਦੇਖੋ ਆ ਵਾਪਸ ਕਰਨ ਚੱਲੇ ਥਰਮਸ ਥੱਲੇ, ਮੋਰੀ ਨੇ ਕੱਲਿਆਂ ਨੇ ਚਾਹ ਪੀਤੀ ਅੱਜ ਤਾਂ ਪੀਤੀ ਨਹੀਂ। ਗਾਈਜ਼ ਯਾਰ ਬਸ ਪੈਸੇ ਪੂਹੇ ਦਾ ਲੈ ਹੁਣ ਫਿਰ ਤਾਂ ਚੱਲੇ, ਸਾਡੇ ਛੋਟੇ ਭਰਾ ਲਿਫਟਾਂ 'ਚ ਘੁੰਮੀ ਜਾਂਦੇ ਨੇ, ਭਰਾ ਕਿਹੜੇ ਨਜ਼ਾਰੇ ਲਈ ਜਾਂਦੇ ਸਾਨੂੰ ਵੀ ਨਹੀਂ ਪਤਾ ਇਹ। ਚਲੋ ਫਿਰ ਤਾਂ ਚੱਲੀਏ ਲਿਫਟ 'ਚ। ਹੋਟਲ ਚੈੱਕਆਊਟ ਹੋਣ ਲੱਗਾ, ਦੇਖੋ ਕਿੱਦਾਂ ਆਪਣਾ ਦਫੜੀ ਪਈ ਹੋਈ। ਹੋਟਲ ਚੈੱਕਆਊਟ, ਚੱਲ ਸਰਾਂ ਚੈੱਕਆਊਟ ਯਾਰ, ਸਰਾਂ ਚੈੱਕਆਊਟ ਕਿਉਂਕਿ ਸਾਨੂੰ 10 ਵਜੇ ਤੋਂ ਬਾਅਦ ਐਕਸਟਰਾ ਚਾਰਜਿਸ ਪੈ ਜਾਣੇ। ਫਟਾਫਟ ਨਿਕਲੇ ਭਰਾ, ਆਹ ਦੇਖੋ ਇਹਦਾ ਭੂਕਣਾ ਲੱਗ ਗਿਆ, ਇਹ ਸਵੇਰ ਦਾ ਇਹਦੇ ਨਾਲ ਹੀ ਲੱਗਾ, ਗੰਦ ਵੀ ਪਾਤਾ ਇੰਨੇ ਬਹੁਤ ਜ਼ਿਆਦਾ ਇੱਥੇ। ਓਏ ਮਾਰੀ ਨਾ, ਇਹ ਦੇਖੋ ਗਾਈਜ਼ ਦੇਖੋ, ਚੈੱਕ ਕਰੋ ਇਹਨੂੰ ਤੁਸੀਂ, ਸਵੇਰ ਦਾ ਸ਼ਾਮ ਦਾ ਰਾਤ ਦਾ ਇਹੀ ਕੰਮਾਂ 'ਚ ਲੱਗਾ ਹੈ ਬਸ। ਉਹ ਦੇਖੋ ਬਾਕੀ ਆਪਣੀ ਸਾਰੀ ਫੈਮਿਲੀ, ਪਹਿਲੇ ਸ਼ੋਪਿੰਗ ਸਟਾਰਟ, ਹਾਲੇ ਬੈਗ ਰੱਖੇ ਨੇ। ਚਲੋ ਜੀ ਰੋਕੇਟ ਆ ਦੇਖੋ, ਆਹੋ ਗਾਈਜ਼ ਆ ਦੇਖੋ ਤਿਆਰ। ਤੂੰ ਹੱਥ ਪੂੰਝਿਆ ਨਾ ਤੈਨੂੰ ਮੈਂ। ਪਰ ਆਪਾਂ ਆਰਾਮ ਨਾਲ ਸੀਟ ਬੈਠੇ ਹਾਂ, ਸਾਡੀ ਗੋਦੀ 'ਚ ਨਹੀਂ ਕੋਈ ਬੈਠਾ ਆ, ਪੂਰੇ ਮਜ਼ੇ ਨਾਲ ਜਾਂਦੇ ਆ ਆਪਾਂ। ਭਾਈ ਸਾਹਿਬ ਹੋਣੀ ਆ ਦੇਖੋ, ਰੀਸਾ ਲੱਗਿਆ ਵੀ ਗਾਈਸ ਪਹੁੰਚ ਚੁੱਕੇ ਹਾਂ ਸ਼ਹੀਦਾਂ ਦੇ। ਗਾਈਸ ਟੋਕਨ ਦਿਖਾਓ, ਆਹ ਦੇਖੋ ਯਾਰ ਨੰਬਰ ਦੇਖੋ ਕਿਹੜਾ ਹੈ ਇਹ, ਉਹਦੀ ਪਾਪਾ ਹੋਰ ਇਹਨੂੰ ਮੰਨੇ ਨਹੀਂ। ਸੌਣ ਲੱਗੇ ਗਾਈਜ਼, ਇੰਨੀ ਗਰਮੀ ਯਾਰ, ਆਹ ਖਲੋਤੇ ਹੋਏ ਅੱਲਾ, ਉਹ ਵੀ ਤੇਰੀ ਗਾਈਜ਼ ਆ ਦੇਖੋ। ਕੀ ਰੋਡਾ ਤੋਂ ਕੀ ਚੱਕਰ ਨੇ ਤੂੰ, ਇਹਨੂੰ ਇੱਥੇ ਡਾ ਲੈ, ਇੱਥੇ ਇੱਥੇ ਮੇਰੀ ਵਾਰੀ ਇੱਕ ਵਾਰੀ ਯਾਰ, ਇੰਨੀ ਗਰਮੀ 'ਚ ਦੇਖੋ ਕੋਲਡ ਡਰਿੰਕਾਂ ਪੀਂਦੇ ਆਪਾਂ, ਮਾਮੂ ਹੋਰੀ ਗਏ ਹੋਏ ਆ ਲੈਣ ਗੱਡੀ, ਆਪਾਂ ਵੇਟ ਕਰਨ ਦੇ ਇੱਥੇ, ਸਾਰੀ ਫੈਮਿਲੀ ਬੈਠੀ ਪਿੱਪਲ ਦੇ ਪੇੜ ਥੱਲੇ। ਗਾਈਜ਼ ਰਵਾਨਾ ਹੋ ਚੁੱਕੇ ਆ ਅੰਮ੍ਰਿਤਸਰ ਤੋਂ, ਹੁਣ ਆਪਾਂ ਕਿੱਥੇ ਰੁਕਣਾ ਪਹਿਲਾਂ? ਵਿੱਕੀ ਬਾਬਾ ਆਈ ਕੁਲਚੇ ਖਾਣ, ਕੁਲਚੇ ਖਾਣ, ਅੱਛਾ ਨਾਣ ਖਾਣ, ਕੁਲਚੇ ਖਾਣ ਨਾਣ ਚੋਰ, ਇਥੋਂ ਗੁੱਡਾ ਜਾ ਕੇ ਸ਼ਾਂਤੀ ਹੋਈ, ਉਹ ਗੁੱਡਾ ਨੋ ਕੁਲਚਾ ਪਹੁੰਚ ਗਿਆ, ਕੁਲਚਾ ਲੈਂਡ ਚਲੋ 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 ਲੋ ਵੀ ਗਾਈਜ਼ ਆਪਾਂ ਪਹੁੰਚ ਚੁੱਕੇ ਹਾਂ ਕੁਲਚਾ ਲੈਂਡ, ਤੁਹਾਨੂੰ ਦਿਖਾਉਣਾ ਕਹਿੰਦੇ ਬਹੁਤ ਵਧੀਆ ਜਗ੍ਹਾ, ਚਲੋ ਪਹਿਲੀ ਵਾਰ ਆਇਆ ਆਪਾਂ ਸਾਹਮਣੇ ਟਰੱਕ ਉੜੀ ਜਾਣਾ ਪਿਆ, ਵਾਹਿਗੁਰੂ ਆ ਦੇਖੋ ਗਾਈਜ਼ ਮੋਲ, ਉਹ ਹੀ ਪਿੱਛੇ ਆ ਇਹਦੇ ਝਾੜੀਆਂ ਦੇ, ਆ ਗਏ ਅਸੀਂ ਕੁਲਚਾ ਲੈਂਡ ਜਿਹੜਾ ਵੀ ਹੁੰਦਾ ਸਿਟੀ ਜੰਕਸ਼ਨ ਫੂਡ ਕੈਂਟ।
ਪਿਓਰ ਵੈਜ ਸਿਰਫ ਆਪਣੀ ਫੈਮਲੀ ਆਪਣੀ ਫੈਮਲੀ ਹੈਗਾ ਜੀ ਇੱਥੇ ਸਿਰਫ ਆਹ ਦੇਖੋ ਆਪਣੀ ਫੈਮਲੀ ਇੱਥੇ ਵੀ ਟੇਬਲ ਜੋੜ ਲਏ ਯਾਰ ਇੱਦਾਂ ਨਾ ਕਰਿਆ ਕਰ ਕੀ ਤੂੰ ਆਹ ਦੇਖੋ ਇਹ ਕਰਨ ਦਿਆ ਸੀਗਾ ਗਾਈਜ਼ ਕੁਲਚਾ ਇਹਦਾ ਨਾਮ ਕੁਲਚਾ ਉਹ ਨਹੀਂ ਹੈਗਾ ਜੋ ਵੀ ਆਪਾਂ ਕਹਿੰਦੇ ਪਏ ਲੈਂਡ ਇਹ ਹੈ ਸਿਟੀ ਜੰਕਸ਼ਨ ਫੂਡ ਪੁਆਇੰਟ ਅਤੇ ਆਹ ਵੇਖੋ ਮੈਨਿਊ ਹਰ ਤਰੀਕੇ ਦਾ ਪਰੌਂਠਾ ਪੀਜ਼ਾ ਪੂਜ਼ਾ ਵੀ ਆ ਯਾਰ ਰਾਈਸ ਵੀ ਆ ਪੀਜ਼ਾ ਪੂਜ਼ਾ ਉਹ ਨਹੀਂ ਆਪਾਂ ਖਾਣਾ ਗਾਈਜ਼ ਖਿੱਚ ਗਿਆ ਹੈ ਬੰਦਾ ਇਹਨੂੰ ਹਰ ਵਾਰ ਵੀਡੀਓ 'ਚ ਦੁਕਾਨਾਂ ਪੈਣਾ ਆਹ ਦੇਖੋ ਯਾਰ ਆਹ ਦੇਖੋ ਆਲੂ ਦੇ ਪਰੌਂਠੇ ਉਹ ਸੋਰੀ ਕੁਲਚੇ ਸੋਰੀ ਨਾਨ ਕੁਲਚੇ ਹੀ ਆ ਕੁਲਚੇ ਆ ਨਾ ਹਾਂ ਕੁਲਚੇ ਹੀ ਆ ਗਾਈਜ਼ ਦੇਖੋ ਇੱਥੇ ਵੀ ਪੜ੍ਹਾਈ ਨੀ ਛੱਡਣ ਦਿਆ ਚੈੱਕ ਕਰੋ ਯਾਰ ਆ ਗਏ ਆਪਣੇ ਭੁੱਖ ਮਿਟਾਈਏ ਯਾਰ ਫਟਾਫਟ ਬਹੁਤ ਭੁੱਖ ਲੱਗੀ ਹੈ ਲੋ ਗਾਈਜ਼ ਆਪਾਂ ਹੋ ਚੁੱਕੇ ਆ ਰਵਾਨਾ ਧੁੱਪ ਪਰ ਬਹੁਤ ਜ਼ਿਆਦਾ ਯਾਰ ਇੰਨੀ ਗਰਮੀ ਰਾਈਮ ਕਰ ਗਿਆ ਅੰਮ੍ਰਿਤਸਰ ਸੋਰੀ ਲੋ ਜੀ ਲੋ ਰਾਜਵੀਰ ਕੀ ਖਾਣ ਦਿਆ ਭਾਈ ਜੀ ਮੈਂ ਤੇ ਆਹ ਦੋ ਚੀਜ਼ਾਂ ਲਈਆਂ ਇੰਨੇ ਲੇਜ ਲਏ ਉਹ ਵਿਹਲੇ ਫਿਰਨ ਦੇ ਅਸੀਂ ਅਮੀਰ ਬੰਦੇ ਲੋ ਗਾਈਜ਼ ਯਾਰ ਅਸੀਂ ਐਂਟਰ ਕਰ ਚੁੱਕੇ ਹਾਂ ਦਸੂਏ ਤੇ ਯਾਰ ਬਸ ਹੁਣ ਮੇਰੇ ਖਿਆਲ ਤੋਂ ਨਹੀਂ ਤਾਂ 15-20 ਮਿੰਟ ਦਾ ਰਾਹ ਰਹਿ ਗਿਆ ਸਾਰਾ ਆਪਾਂ ਉਤਰਨਾ ਗੱਡੀ 'ਚ ਜਾਂਦਿਆਂ ਪੈਣਾ ਬੈੱਡ 'ਤੇ ਲੰਮੇ ਜਾਣਾ ਸੌ ਇੰਨਾ ਜ਼ਿਆਦਾ ਥੱਕ ਗਏ ਨਾ ਗਾਈਜ਼ ਯਾਰ ਅੱਜ ਕੱਲ੍ਹ ਨਾਲੋਂ ਵੀ ਜ਼ਿਆਦਾ ਅੱਜ ਥੱਕਿਆ ਸੀ ਬਹੁਤ ਥਕਾਨ ਹੋ ਚੁੱਕੀ ਆ ਅਸੀਂ ਸੁੱਤਾ ਹੋ ਵੇਖੋ ਤਾਂ ਸੁੱਤਾ ਹੀ ਆਉਂਦੇ ਆ ਘਰ ਜਾਂਦੇ ਯਾਰ ਇੱਧਰ ਜ਼ੂਮ ਨਹੀਂ ਹੁੰਦਾ ਇਹ ਰੀਲਾਂ ਵਾਲੇ ਬੰਦੇ ਨੇ ਇਹਨਾਂ ਦੇ ਵਿਚਾਰੇ ਤੋਂ ਨੈੱਟ ਚੱਲੀ ਜਾਂਦੇ ਸਾਰੀ ਦਿਹਾੜੀ ਸਾਰੇ ਰਾਹ ਇਹਨਾਂ ਦੇ ਨੈੱਟ 'ਤੇ ਹੀ ਗਾਣੇ ਸੁਣਦੇ ਆਏ ਹਾਂ ਜੀ ਯਾਰ ਪੂਰੇ ਨਜ਼ਾਰੇ ਲੁੱਟਿਆ ਜੇ ਰਾਹ 'ਚ ਇੰਨਾ ਰੁਕੇ ਨਾ ਕਿਤੇ ਪੂਰਾ ਨਜ਼ਾਰਾ ਲਿਆਤਾ ਅਤੇ ਇੰਨਾ ਨਜ਼ਾਰਾ ਮਤਲਬ ਕਿ ਇਹ ਸੋਚ ਲਓ ਵੀ ਹੁਣ ਜਿੱਦਾਂ ਜਿੱਦਾਂ ਆਪਾਂ ਬਰਾਬਰ ਦੇ ਜਾਂਦੇ ਸਾਡੀਆਂ ਵੀ ਗੱਲਾਂ ਸੁਣਨੀਆਂ ਸ਼ੁਰੂ ਹੋ ਗਈਆਂ ਹਨਾ ਕੀਤੂ ਅਤੇ ਬਸ ਯਾਰ ਹੁਣ ਪਹੁੰਚਦੇ ਆ ਫਟਾਫਟ ਘਰ ਨੂੰ ਦੇਖੋ ਗਾਈਜ਼ ਆਪਣੇ ਹੀਰੋ ਹੁਣ ਹੋਣਾ ਚਾਹੀਦਾ ਤਿੰਨ ਚਾਂਸਾਂ ਚ ਕਰ ਦੂਗਾ ਗਾਈਜ਼ ਤਿੰਨ ਵਾਰ ਖੜੀ ਕਰਤੀ ਹੁਣ ਬੋਤਲ ਇਹ ਤਾਂ ਹੋਣ ਹੀ ਨਹੀਂ ਖੜੀ ਜਦੋਂ ਕੋਈ ਬੰਦਾ ਵੀਡੀਓ ਬਣਾਉਣ ਲੱਗ ਪਏ ਉਦੋਂ ਇੱਦਾਂ ਹੁੰਦਾ ਬੇਇੱਜ਼ਤੀ ਤੇ ਗਾਈਜ਼ ਯਾਰ ਆਪਾਂ ਹੁਣ ਫਾਈਨਲੀ ਆਪਣੇ ਘਰ ਆ ਚੁੱਕੇ ਹਾਂ
ਦੇਖੋ ਯਾਰ ਆਪਣਾ ਘਰ ਦਾ ਵੱਖਰਾ ਸਕੂਨ ਵੱਖਰਾ ਨਜ਼ਾਰਾ ਹੁੰਦਾ ਅਤੇ ਬਸ ਯਾਰ ਹੁਣ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਬੋਲਣ ਦੀ ਤਾਕਤ ਨਹੀਂ ਰਹੀ ਸੋ ਜਾਣਾ ਹੁਣ ਅੱਧਾ ਘੰਟਾ ਟਾਈਮ ਹੋ ਚੁੱਕਿਆ 4:55 ਅਤੇ ਬਸ ਅੱਜ ਦਾ ਵਲੋਗ ਇੱਥੇ ਐਂਡ ਕਰਦੇ ਮੈਂ ਕਰਦਾ ਤੁਹਾਨੂੰ ਅੱਜ ਦਾ ਵਲੋਗ ਬਹੁਤ ਵਧੀਆ ਲੱਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਕਮੈਂਟ 'ਚ ਪੱਕਾ ਤੁਸੀਂ ਵਲੋਗ ਕਿਹਾ ਲੱਗਾ ਬਾਏ।